ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਮਿਲ ਕੇ ਪੰਜਾਬੀ ਦਾ ਜੋ ਇੱਕ ਸੈਸ਼ਨ ਲੈ ਰਿਹਾ ਸੀ, ਜੋ ਅੱਜ ਸਿਖਾਉਣ ਜਾ ਰਹੇ ਹਾਂ, ਉਸ ਵਿੱਚ ਅਸੀਂ ਬਹੁਤ ਹਾਈ ਫਾਈ ਵੇ ਨਾਲ ਨਹੀਂ ਕਰਾਂਗੇ ਕਿ ਅਸੀਂ ਇੱਕਦਮ ਸਿੰਪਲ ਵੇ ਨਾਲ ਜਾਵਾਂਗੇ ਤਾਂ ਕਿ ਜਿਹੜੇ ਛੋਟੇ ਛੋਟੇ ਸਕੂਲ ਵਿੱਚ ਪੜ੍ਹਦੇ ਬੱਚੇ ਨੇ ਉਹਨਾਂ ਨੂੰ ਸਮਝ ਆ ਸਕੇ। ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਅਸੀਂ ਜੋ ਦੇਖਦੇ ਹਾਂ ਕਿ ਗੁਰਮੁਖੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਨੇ, ਅਤੇ ਇਸ ਕਰਕੇ ਜਦੋਂ ਛੁੱਟੀਆਂ ਹੁੰਦੀਆਂ ਨੇ ਬੱਚਿਆਂ ਨੂੰ ਤਾਂ ਪੇਰੈਂਟਸ ਬਹੁਤ ਉਪਰਾਲੇ ਕਰਦੇ ਨੇ, ਉਹਨਾਂ ਨੂੰ ਸਿੰਗਿੰਗ ਕਲਾਸ ਵਿੱਚ ਭੇਜਣਾ, ਡਾਂਸਿੰਗ ਕਲਾਸ ਵਿੱਚ ਭੇਜਣਾ, ਸਵਿਮਿੰਗ ਵਿੱਚ ਭੇਜਣਾ, ਲੇਕਿਨ ਇਹਨਾਂ ਕਲਾਸਾਂ ਵਿੱਚ ਬਹੁਤ ਘੱਟ ਬੱਚੇ ਆਉਂਦੇ ਨੇ। ਅਤੇ ਇੱਕ ਅਸੀਂ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਕਿ ਬੱਚੇ ਘਰ ਬੈਠ ਕੇ ਵੀ ਅਗਰ ਉਹਨਾਂ ਨੂੰ ਪੰਜਾਬੀ ਦੇ ਟੀਚਰਸ ਨਹੀਂ ਮਿਲ ਰਹੇ, 1% ਕੋਈ ਟੀਚਰਸ ਆਸ ਪਾਸ ਅਵੇਲੇਬਲ ਨਹੀਂ ਹੈ, ਜਾਂ ਛੁੱਟੀਆਂ ਤੋਂ ਇਲਾਵਾ ਵੀ ਉਹ ਪੰਜਾਬੀ ਸਿੱਖਣਾ ਚਾਹੁੰਦੇ ਨੇ, ਤਾਂ ਉਹ ਆਪਣੇ ਘਰ ਯੂਟਿਊਬ 'ਤੇ ਬੈਠ ਕੇ ਪੰਜਾਬੀ ਆਰਾਮ ਨਾਲ ਸਿੱਖ ਸਕਣ। ਔਰ ਇੱਕਦਮ ਸਿੰਪਲ ਵੇ ਨਾਲ ਅਸੀਂ ਕਰਾਂਗੇ, ਜਿਸ ਤਰ੍ਹਾਂ ਕਿ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਕਰਾਉਂਦੇ ਨਾ, ਬਸ ਉਸੀ ਵੇ ਨਾਲ ਮੈਂ ਕਰਾਂਗੀ ਕਿ ਜਿਸ ਤਰ੍ਹਾਂ ਮੇਰੇ ਅੱਗੇ ਸੈਕਿੰਡ ਥਰਡ ਫੋਰਥ ਦੇ ਬੱਚੇ ਬੈਠੇ ਹੋਏ ਨੇ। ਅਤੇ ਪੰਜਾਬੀ ਬੋਲੀ ਦੀ ਇਸ ਲਿਪੀ ਨੂੰ ਗੁਰਮੁਖੀ ਆਖਦੇ ਨੇ, ਇਸ ਨੂੰ ਪੈਂਤੀ ਅਖਰੀ ਵੀ ਆਖਦੇ ਨੇ। ਪਹਿਲੇ ਇਸ ਵਿੱਚ 35 ਅੱਖਰ ਸਨ, ਹੁਣ ਨਵੀਨ ਵਰਗ ਵਿੱਚ 6 ਹੋਰ ਅੱਖਰ ਹੋਰ ਐਡ ਕਰਕੇ ਹੁਣ ਇਸਨੂੰ 41 ਅੱਖਰ ਹੋ ਗਏ ਨੇ, ਔਰ ਉਸ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਅਸੀਂ ਇੱਕਦਮ ਸਲੋ ਸਲੋ ਜਾਵਾਂਗੇ ਤਾਂ ਕਿ ਸਾਨੂੰ ਉਹਨਾਂ ਦੀ ਸਮਝ ਆ ਸਕੇ। ਅਤੇ ਜੋ ਪਹਿਲਾ ਵਰਗ ਹੈ ਅਸੀਂ ਉਸਨੂੰ ਕਹਿੰਦੇ ਹਾਂ ਮੁੱਖ ਵਰਗ, ਮੁੱਖ ਵਰਗ। ਇਸ ਵਿੱਚ ਕੀ ਆਉਂਦਾ ਹੈ? ਊੜਾ। ਊੜਾ ਤੁਸੀਂ ਦੇਖੋ ਮੈਂ ਕਿੱਥੇ ਲਿਖਣੀ ਹੈ, ਪਹਿਲੇ ਸਲੀਪਿੰਗ ਲਾਈਨ, ਬਿਗ ਥਰੀ, ਥੋੜ੍ਹਾ ਜਿਹਾ ਇਸਨੂੰ ਸਮਾਲ ਕਰਦੇ ਹਾਂ, ਇਸਦੇ ਨਾਲ ਤੱਕ ਨਹੀਂ ਲੈ ਕੇ ਆਉਂਦੇ, ਅਗਰ ਮੈਂ ਨਾਲ ਲੈ ਕੇ ਆਊਂਗੀ ਨਾ ਤਾਂ ਸ਼ੇਪ ਨਹੀਂ ਆਏਗੀ। ਸੈਕਿੰਡ ਵਾਲੇ ਨੂੰ ਥੋੜ੍ਹਾ ਛੋਟਾ ਕਰਨਾ, ਜੁਆਇਨ ਕਰਕੇ ਉੱਪਰ ਊੜਾ। ਮੈਂ ਇੱਕ ਵਾਰ ਫਿਰ ਲਿਖਣੀ ਹੈ, ਛੋਟੇ ਬੱਚੇ ਧਿਆਨ ਨਾਲ ਦੇਖਣ, ਸਲੀਪਿੰਗ ਲਾਈਨ, ਊੜਾ। ਸੈਕਿੰਡ ਅੱਖਰ ਮੈਂ ਲਿਖ ਰਹੀ ਹਾਂ, ਹੁਣ ਤੁਸੀਂ ਦੇਖੋ ਸੈਕਿੰਡ ਅੱਖਰ ਵਿੱਚ ਮੈਂ ਸਲੀਪਿੰਗ ਲਾਈਨ ਨਹੀਂ ਪਾ ਰਹੀ, ਐੜਾ। ਪਹਿਲੇ ਤੁਸੀਂ ਇੰਗਲਿਸ਼ ਵਿੱਚ ਐਨ ਲਿਖਦੇ ਹੋ, ਫਿਰ ਮਿਡਲ ਵਿੱਚ ਬਾਹਰ, ਅਪ ਡਾਊਨ, ਕੱਟ ਇਟ, ਐੜਾ। ਈਡੀ ਹਿੰਦੀ ਦਾ ਟਰ ਬਣਾ ਕੇ ਕੱਟ ਇਟ, ਇਹਦੇ ਸਲੀਪਿੰਗ ਲਾਈਨ ਆਈ। ਸੱਸਾ, ਇਧਰ ਵੀ ਸਲੀਪਿੰਗ ਲਾਈਨ ਪਹਿਲੇ ਆਈ, ਅਤੇ ਹਾਂ ਹਾਂ ਹੁਣ ਇਸਦਾ ਉਚਾਰਨ ਅਸੀਂ ਦੇਖਾਂਗੇ। ਊੜਾ, ਊੜਾ, ਐੜਾ, ਈੜੀ, ਸੱਸਾ, ਹਾਂ ਹਾਂ। ਹਿੰਦੀ 'ਚ ਲਿਖ ਕੇ ਦਿਖਾਵਾਂ ਕਿ ਚੱਲੇਗਾ? ਹਿੰਦੀ 'ਚ ਊੜਾ, ਐੜਾ, ਈੜੀ, ਸੱਸਾ, ਹਾਂ ਹਾਂ, ਊੜਾ, ਐੜਾ, ਈੜੀ, ਸੱਸਾ, ਹਾਂ ਹਾਂ। ਇਸ ਲਾਈਨ ਵਿੱਚ ਕਿਹੜੇ ਅੱਖਰ ਦੇ ਉੱਪਰ ਮੈਨੇ ਪਹਿਲੇ ਲਾਈਨ ਨਹੀਂ ਪਾਈ? ਸਲੀਪਿੰਗ ਲਾਈਨ, ਐੜੇ ਦੇ ਉੱਪਰ, ਐੜੇ ਦੇ ਉੱਪਰ ਪਹਿਲੇ ਲਾਈਨ ਨਹੀਂ ਆਉਂਦੀ। ਟੋਟਲ ਪੂਰੇ 41 ਅੱਖਰ 'ਚੋਂ 6 ਅੱਖਰ ਐਸੇ ਨੇ ਜਿਨ੍ਹਾਂ ਦੇ ਉੱਪਰ ਲਾਈਨ ਨਹੀਂ ਆਉਂਦੀ। ਇਸ ਲਾਈਨ ਵਿੱਚ ਇੰਜ ਹੁਣ ਜਦੋਂ ਅਸੀਂ ਬੱਚਿਆਂ ਨੂੰ ਕਰਾਉਂਦੇ ਹਾਂ ਤਾਂ ਪਹਿਲੇ ਸਿਖਾਉਂਦੇ ਹਾਂ ਊੜਾ, ਐੜਾ, ਈੜੀ, ਸੱਸਾ, ਹਾ ਹਾ, ਫਿਰ ਉਲਟਾ ਜਾਂਦੇ ਹਾਂ ਬੈਕ ਤਾਂ ਕਿ ਬੱਚਿਆਂ ਨੂੰ ਉਹ ਵਰਡਸ ਯਾਦ ਹੋ ਜਾਂਦੇ। ਸਾ ਹਾ ਹਾ, ਸੱਸਾ, ਈੜੀ, ਐੜਾ, ਊੜਾ। ਜਦੋਂ ਬੱਚੇ ਇੰਝ ਕਰਦੇ ਨੇ ਨਾ ਤਾਂ ਉਹਨਾਂ ਨੂੰ ਫਿਰ ਇੱਕਦਮ ਥੋੜ੍ਹਾ ਯਾਦ ਹੋ ਜਾਂਦਾ ਲਿਖਣ ਦਾ। ਹੁਣ ਤੁਹਾਨੂੰ ਪਤਾ ਲੱਗਿਆ ਇਸਦਾ ਕਿ ਵਾਪਸ ਇੱਕ ਹੋਰ ਲਿਖਣਾ ਦਿਖਾਣਾ ਹੋ ਗਿਆ। ਠੀਕ ਹੈ, ਹੁਣ ਦੂਸਰਾ ਸੈਕਿੰਡ ਲਾਈਨ ਆਏਗੀ, ਕੱਕਾ। ਇਸ 'ਤੇ ਵੀ ਪਹਿਲੇ ਸਲੀਪਿੰਗ ਲਾਈਨ ਆਏਗੀ, ਕੱਕਾ, ਕੜਾ, ਕੱਕਾ, ਖੱਖਾ, ਜਿਸ ਤਰ੍ਹਾਂ ਮੈਂ ਲਿਖ ਰਹੀ ਹਾਂ ਦੇਖੋ, ਖੱਖਾ, ਗੱਗਾ, ਕੱਗਾ, ਮੰਗਾ। 5 ਬਣਾਉਣਾ ਪਹਿਲੇ, ਫਿਰ ਬੱਚਿਆਂ ਨੂੰ ਅਸੀਂ ਕਹਿੰਦੇ ਉਹਨਾਂ ਦੀ ਪੂਛ ਕੱਢ ਦਿਓ ਤਾਂ ਕਿ ਉਹਨਾਂ ਨੂੰ ਥੋੜ੍ਹਾ ਯਾਦ ਰਹੇ। ਕੱਕਾ ਪਹਿਲੇ ਸਲੀਪਿੰਗ ਲਾਈਨ,
ਫਿਰ ਹੁਣ ਪਹਿਲਾ ਐੜਾ ਸੀ ਜਿਸ ਦੇ ਉੱਪਰ ਮੈਂ ਲਾਈਨ ਨਹੀਂ ਪਾਈ, ਹੁਣ ਸੈਕਿੰਡ ਅੱਖਰ ਕਿਹੜਾ? ਖੱਖਾ ਖੱਖਾ ਹਿੰਦੀ ਦਾ ਫਾਈਵ ਪਾ ਕੇ ਖੱਖਾ ਗੱਗਾ ਸਲੀਪਿੰਗ ਲਾਈਨ ਨਾਲ। ਹੁਣ ਇਹ ਥਰਡ ਲੈਟਰ ਆ ਗਿਆ ਜਿਸਦੇ ਉੱਪਰ ਮੈਂ ਲਾਈਨ ਨਹੀਂ ਪਾਈ, ਸਲੀਪਿੰਗ ਲਾਈਨ ਨਹੀਂ ਪਾਈ। ਡਬਲਯੂ ਪਾ ਕੇ ਘੱਗਾ ਫਾਈਵ ਬਣਾਉਣਾ, ਫਿਰ ਉਸਨੂੰ ਬਾਹਰ ਕੱਢਣਾ। ਵੰਗਾ ਕੱਕਾ ਕੜਾ, ਖੱਖਾ ਖਾਲਸਾ, ਗੱਗਾ ਗੁਰਦੁਆਰਾ, ਘੱਗਾ ਕੜੀ। ਬੱਚੇ ਕਦੀ ਕਦੀ ਭੁੱਲ ਜਾਂਦੇ ਨੇ ਘੱਗਾ ਬੋਲਣਾ, ਅਤੇ ਅਸੀਂ ਉਹਨਾਂ ਨੂੰ ਕੀ ਬੋਲਿਆ ਕਿ ਇੰਗਲਿਸ਼ ਵਿੱਚ ਕੜੀ ਨੂੰ ਕੀ ਕਹਿੰਦੇ ਨੇ? ਵਾਚ। ਅਤੇ ਡਬਲਯੂ ਨਾਲ ਘੱਗਾ ਲਿਖਣਾ, ਘੱਗਾ ਕੜੀ ਅਤੇ ਡਬਲਯੂ ਪਾ ਕੇ। ਜਦੋਂ ਅਸੀਂ ਡੋਜਿੰਗ ਟੈਸਟ ਲੈਂਦੇ ਹਾਂ ਤਾਂ ਫਿਰ ਵਾਚ, ਜਦੋਂ ਬੱਚੇ ਬੋਲੇ ਘੱਗਾ ਲਿਖੋ ਅਤੇ ਫਿਰ ਬੱਚੇ ਕਨਫਿਊਜ਼ ਹੋਣ ਕੇ ਲਿਖੀਏ, ਅਤੇ ਅਸੀਂ ਕਹਿੰਦੇ ਕੜੀ ਵਾਚ, ਫਿਰ ਬਰਾਬਰ ਲਿਖਦੇ ਕਿ ਘੱਗਾ ਕੀ ਲਿਖਣਾ। ਕੱਕਾ ਖੱਖਾ ਗੱਗਾ ਘੱਗਾ ਗੰਗਾ, ਠੀਕ ਹੈ? ਇਹ ਲਾਈਨ ਕਲੀਅਰ ਹੋ ਗਈ। ਗੰਗਾ ਜਦੋਂ ਇਹ ਦੇਖੋ, ਹੁਣ ਇਹ ਵੀ ਮੈਂ ਤੁਹਾਨੂੰ ਦਿਖਾ ਬੋਲਾਂਗੀ ਤਾਂ ਤੁਸੀਂ ਹੱਸੋਗੇ। ਜਦੋਂ ਅਸੀਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਜਿਹੜਾ ਬੱਚਾ ਕੱਪੜੇ ਨਹੀਂ ਪਾਉਂਦਾ ਉਸਨੂੰ ਕੀ ਕਹਿੰਦੇ ਨੇ? ਉਸ ਨੂੰ ਕੀ ਕਹਿੰਦੇ? ਨੰਗਾ। ਨੰਗੇ ਨੂੰ ਨੱਕ 'ਚ ਬੋਲੋ, ਗੰਗਾ। ਹਾਂ, ਗੰਗਾ। ਹਾਂ, ਜਿਸ ਤਰ੍ਹਾਂ ਹਰ ਨਾਮਾ ਹਰ ਰੰਗ ਹੈ, ਉੱਥੇ ਰੰਗ ਹੈ, ਰੰਗ ਨਹੀਂ ਹੈ, ਰੰਗ ਨਹੀਂ ਹੈ, ਹਰ ਨਾਮਾ ਹਰ ਮੁੱਖ ਗਿਆਨੀ, ਮੁੱਖ ਗਿਆਨੀ ਧੰਨਵੰਤ। ਇਹ ਚੀਜ਼ ਉੱਥੇ ਸਾਡੀ ਗੁਰਬਾਣੀ ਵਿੱਚ ਆਏਗੀ। ਅਤੇ ਕੱਕਾ ਖੱਖਾ ਖ ਗੱਗਾ ਘੱਗਾ ਘੜੀ ਵਾਚ ਗੰਗਾ, ਕਲੀਅਰ ਹੋ ਗਿਆ ਸਭ ਨੂੰ? ਗੰਗਾ ਇਹ ਪਹਿਲਾਂ ਸੀ ਮੁੱਖ ਵਰਗ, ਹੁਣ ਇਹ ਸੈਕਿੰਡ ਵਰਗ ਹੈ, ਕੱਕਾ ਵਰਗ। ਇਸਨੂੰ ਕਹਿੰਦੇ ਨੇ ਕੱਕਾ ਵਰਗ। ਟੋਟਲ ਅੱਠ ਵਰਗ ਨੇ ਗੁਰਮੁਖੀ ਵਿੱਚ, ਟੋਟਲ ਅੱਠ ਵਰਗ ਨੇ ਗੁਰਮੁਖੀ ਵਿੱਚ। ਪਹਿਲਾ ਮੁੱਖ ਵਰਗ ਸੀ ਊੜਾ ਐੜਾ ਈੜੀ ਸੱਸਾ ਹਾਹਾ। ਹੁਣ ਸੈਕਿੰਡ ਵਰਗ ਆਇਆ ਕੱਕਾ ਵਰਗ, ਕੱਕਾ ਖੱਖਾ ਗੱਗਾ ਘੱਗਾ ਗੰਗਾ, ਠੀਕ ਹੈ? ਹੁਣ ਬੱਚੇ ਕਈ ਵਾਰੀ ਹਾਹਾ ਦੀ ਹਾਹੇ ਦਾ ਵੀ ਉਹਨਾਂ ਨੂੰ ਅਸੀਂ ਹਸਾਉਂਦੇ ਹਾਂ ਕਿ ਜਦੋਂ ਉਹ ਪੋਇਟਰੀ ਪੜ੍ਹਦੇ, ਓਪਨ ਯਾ ਮਾਊਥ, ਹਾ 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 ਖੁੱਲ੍ਹਾ ਹੁੰਦਾ, ਹੁਣ ਅੱਗੇ ਜਾ ਕੇ ਰਾਰਾ ਆਏਗਾ, ਉਹਦੇ 'ਚ ਬੱਚੇ ਕਨਫਿਊਜ਼ ਨਾ ਹੋਣ, ਇਸ ਕਰਕੇ ਹਾਹਾ ਓਪਨ ਹੁੰਦਾ। ਅਤੇ ਕੱਕਾ ਖੱਖਾ ਗੱਗਾ ਘੱਗਾ ਅੰਗਾ। ਹੁਣ ਥਰਡ ਵਰਗ ਆਏਗਾ ਚੱਚਾ, ਚੱਚਾ ਵਰਗ। ਮੈਂ ਰੱਬ ਕਰ ਦੇਵਾਂ ਕਿ ਵਾਪਸ ਥੱਲੇ ਹੀ ਲਿਖਾਂ? ਉੱਪਰ ਕਰ ਦੇ, ਹੁਣ ਚੱਚਾ ਵਰਗ ਜਦੋਂ ਆਉਂਦਾ ਇਸ ਤਰ੍ਹਾਂ ਚਲੇ। ਹਾਂ, ਚੱਚਾ ਵਰਗ ਪਹਿਲਾ ਵਰਗ ਅਸੀਂ ਕਿਹੜਾ ਕੀਤਾ ਸੀ? ਮੁੱਖ ਵਰਗ ਊੜਾ ਐੜਾ ਈੜੀ ਸੱਸਾ ਹਾਹਾ, ਮੁੱਖ ਵਰਗ। ਦੂਸਰਾ ਵਰਗ ਹੈ ਕੱਕਾ ਵਰਗ, ਕੱਕਾ ਖੱਖਾ ਗੱਗਾ ਘੱਗਾ ਗੰਗਾ। ਹੁਣ ਤੀਸਰਾ ਵਰਗ ਹੈ ਚੱਚਾ। ਚੱਚਾ ਲਿਖਣ ਨੂੰ ਥੋੜ੍ਹਾ ਡਿਫੀਕਲਟ ਹੈ, ਬੱਚਿਆਂ ਨੂੰ ਔਖਾ ਲੱਗਦਾ, ਲੇਕਿਨ ਇੱਕ ਵਾਰ ਸਮਝ ਆ ਜਾਏਗਾ ਤਾਂ ਬਹੁਤ ਈਜ਼ੀ ਹੈ। ਦੇਖੋ ਚੱਚਾ, ਫਿਰ ਇਸ ਤੋਂ ਹੀ ਉੱਪਰ ਮਿਡਲ 'ਚ ਲੈ ਕੇ ਜਾਣਾ, ਜੁਆਇਨ ਕਰ ਦੇਣਾ। ਫਿਰ ਇੱਕ ਵਾਰ ਮੈਂ ਤੁਹਾਨੂੰ ਲਿਖਣਾ ਦਿਖਾ ਰਹੀ ਹਾਂ, ਸਲੀਪਿੰਗ ਲਾਈਨ, ਸਟੈਂਡਿੰਗ ਲਾਈਨ, ਮਿਡਲ ਵਿੱਚ, ਅੰਦਰੋਂ ਦੀ ਬਾਹਰ ਜਾ ਕੇ ਚੱਚਾ। ਸਮਝ ਆ ਗਏ ਸਾਰੇ? ਚੱਚਾ, ਫਿਰ ਛੱਛਾ ਵਨ ਪਾ ਕੇ ਐਸ ਵਿਚਕਾਰ ਆ ਜਾਣਾ, ਛੱਛਾ ਵਨ ਪਾ ਕੇ। ਮੈਂ ਦੋ ਦੋ ਵਾਰ ਲਿਖਦੀ ਹਾਂ, ਵਨ ਪਾ ਕੇ ਫਿਰ ਇਸ ਪਾਸੇ ਵੱਲ ਆ ਜਾਣਾ ਐਸ ਬਣਾ ਕੇ ਉਹਦੇ ਵਿੱਚ, ਛੱਛਾ। ਹੁਣ ਜੱਜਾ ਔਰ ਚੱਚਾ ਸੇਮ ਹਨ, ਸਲੀਪਿੰਗ ਲਾਈਨ, ਸਟੈਂਡਿੰਗ ਲਾਈਨ, ਮਿਡਲ ਵਿੱਚ ਜਾ ਕੇ ਉੱਪਰ ਜਾ ਕੇ ਕੱਟ, ਮਗਰ ਜੁਆਇਨ ਨਹੀਂ ਕਰਨਾ। ਜੁਆਇਨ ਕਰਾਂਗੇ ਤਾਂ ਚੱਚਾ ਬਣ ਜਾਏਗਾ, ਚੱਚਾ ਛੱਛਾ ਜੱਜਾ। ਚੱਚਾ ਚਾਚਾ, ਛੱਛਾ ਛਤਰੀ, ਜੱਜਾ ਜਹਾਜ਼, ਝੱਜਾ। ਯੂ ਪਾ ਕੇ ਅਸੀਂ ਕਹਿੰਦੇ ਗੱਲੇ ਛਾਲ ਬਣਾ ਕੇ,
ਤੂੰ ਬਣਾ ਦੇਣਾ ਝੱਜਾ ਝੰਡਾ, ਯੂ ਪਾ ਕੇ ਤੂੰ ਚੱਚਾ ਛੱਛਾ ਜੱਜਾ ਚੱਜਾ ਇਹ ਹੀ ਆ, ਵਨ ਪਾ ਕੇ ਬਿਗ ਸੀ ਸਮਾਲ ਸੀ ਕੱਟ ਇਟ, ਸਲੀਪਿੰਗ ਲਾਈਨ ਵਨ ਪਾ ਕੇ ਬਿਗ ਸੀ ਸਮਾਲ ਸੀ ਕੱਟ ਇਟ। ਹੁਣ ਇਹਦੇ 'ਚ ਕੋਈ ਵੀ ਐਸਾ ਅੱਖਰ ਨਹੀਂ ਸੀ ਚੱਚਾ ਵਰਗੇ 'ਚ ਜਿਸਦੇ ਉੱਪਰ ਮੈਂ ਲਕੀਰ ਨਹੀਂ ਪਾਈ, ਸਭ ਦੇ ਉੱਪਰ ਆਈ ਹੈ। ਪਹਿਲੇ ਵਿੱਚ ਐੜੇ 'ਤੇ ਨਹੀਂ ਆਈ, ਸੈਕੰਡ 'ਚ ਖੱਖਾ ਔਰ ਘੱਗਾ, ਥਰਡ 'ਚ ਸਭ 'ਤੇ ਆਈ ਹੈ। ਚੱਚਾ ਛੱਛਾ ਜੱਜਾ ਝੱਜਾ ਨਿੰਜਾ। ਇੱਕ ਗੱਲ ਤੁਸੀਂ ਹੋਰ ਦੇਖ ਲੈਣਾ, ਜਦੋਂ ਅਸੀਂ ਊੜਾ ਐੜਾ ਈੜੀ ਸੱਸਾ ਹਾਹਾ ਕੀਤਾ ਉਹ ਤਾਂ ਠੀਕ ਸੀ, ਜਦੋਂ ਅਸੀਂ ਕੱਕਾ ਖੱਖਾ ਗੱਗਾ ਘੱਗਾ ਉਂਗਾ ਕੀਤਾ ਸੀ ਨਾ, ਮੈਂ ਇੱਕ ਗੱਲ ਤੁਹਾਨੂੰ ਦੱਸਣੀ ਭੁੱਲੀ ਹਾਂ, ਇਜ਼ ਦਾ ਫਸਟ ਪਲੱਸ ਥਰਡ, ਇਹਨੂੰ ਜੁਆਇਨ ਕਰੋ, ਸੋਰੀ ਫਸਟ ਪਲੱਸ ਥਰਡ ਕੀ ਬਣਦਾ, ਫਸਟ ਪਲੱਸ ਥਰਡ ਜੁਆਇਨ ਕਰੋ ਦੋਨੋਂ ਨੂੰ, ਇਸਨੂੰ ਕੀ ਬੋਲਾਂਗੇ ਘੱਗਾ। ਫਸਟ ਔਰ ਥਰਡ ਨੂੰ ਜੁਆਇਨ ਕੀਤਾ ਤੇ ਕੀ ਬਣ ਗਿਆ ਘੱਗਾ, ਕੱਕਾ ਖੱਖਾ ਗੱਗਾ ਘੱਗਾ ਘੱਗਾ। ਹੁਣ ਇੱਥੇ ਹੀ ਚੱਚਾ ਛੱਛਾ ਜੱਜਾ ਝੱਜਾ ਨਿੰਜਾ, ਹੁਣ ਚੱਚਾ ਵਨ ਪਲੱਸ ਥਰਡ ਕੀ ਬਣ ਗਿਆ ਝੱਜਾ, ਫੋਰਥ ਬਣ ਗਿਆ। ਵਨ ਪਲੱਸ ਥਰੀ ਇਜ ਇਕੁਅਲ ਟੂ ਫੋਰਥ ਵਰਡ, ਵਨ ਪਲੱਸ ਥਰੀ ਚ ਪਲੱਸ ਜ ਇਜ ਇਕੁਅਲ ਟੂ ਝੱਜਾ। ਕਲੀਅਰ ਹੋ ਗਿਆ ਸਭ ਨੂੰ, ਚੱਚਾ ਛੱਛਾ ਜੱਜਾ ਝੱਜਾ ਨਿੰਜਾ। ਚ ਅਗਰ ਬੋਲਣ ਨਹੀਂ ਆਉਂਦਾ ਤਾਂ ਅਸੀਂ ਬੱਚਿਆਂ ਨੂੰ ਚੋ ਤੋਂ ਬੋਲਣਾ ਸਿਖਾ ਲਿਆ, ਚ ਜਾ ਝੱਜਾ, ਠੀਕ ਹੈ। ਹੁਣ ਆਏਗਾ ਟੈਂਕਾ, ਫੋਰਥ ਵਰਗ ਆ ਗਿਆ, ਟੋਟਲ ਅੱਠ ਵਰਗ ਨੇ ਟੈਂਕਾ ਵਰਗ, ਟੈਂਕਾ ਠੱਠਾ ਡੱਡਾ ਢੱਡਾ, ਛੋਟਾ ਜਿਹਾ ਟੋਪ ਬਣਾ ਦੇਣਾ ਅਣਾ ਅਣਾ, ਟੈਂਕਾ ਫਿਰ ਸਲੀਪਿੰਗ ਲਾਈਨ, ਇੱਧਰ ਤੱਕ ਸਲੀਪਿੰਗ ਲਾਈਨ ਆਈਏ, ਟੈਂਕਾ ਠੱਠਾ ਠੰਡਾ, ਟੈਂਕਾ ਟਮਾਟਰ ਠੱਠਾ ਠੰਡਾ, ਡੱਡਾ ਡੱਡੂ, ਇਹ ਕੁੰਡੀ ਨਹੀਂ ਪਲੇਨ ਹੈ, ਡੱਡਾ ਡੱਡੂ ਢੱਡਾ ਢੋਲਕੀ ਢੱਡਾ ਢਿੱਡ ਅਣਾਣਾ। ਹਾਫ ਯੂ ਪੂਰਾ ਜੁਆਇਨ ਨਹੀਂ ਕਰਨਾ, ਹਾਫ ਪਾ ਕੇ ਥੱਲੇ ਛੋਟਾ ਜਿਹਾ ਟੈਂਕਾ ਬਣਾ ਦੇਣਾ, ਇਸਨੂੰ ਹਿੰਦੀ 'ਚ ਅਣਾਣਾ ਕਹਿੰਦੇ ਨੇ, ਅਣਾਣਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਾਣੀ, ਅਣ ਨ ਔਰ ਅਣ ਅਲੱਗ ਹੁੰਦੇ ਨੇ, ਨ ਔਰ ਅਣ, ਪਾਣੀ ਨਹੀਂ ਬੋਲਣਾ ਪਾ ਅਣੀ ਪਾਣੀ, ਟੈਂਕਾ ਠੱਠਾ ਡੱਡਾ। ਹੁਣ ਇਸਨੂੰ ਵਨ ਪਲੱਸ ਥਰੀ ਇਜ ਇਕੁਅਲ ਟੂ ਕੀ ਬਣ ਗਿਆ, ਢੱਡਾ, ਟੈਂਕਾ ਪਲੱਸ ਡੱਡਾ ਟੱਡਾ ਢੱਡਾ, ਟੈਂਕੇ ਤੋਂ ਸ਼ੁਰੂ ਕਰਨਾ, ਟੈਂਕਾ ਠੱਠਾ ਡੱਡਾ ਢੱਡਾ ਅਣਾਣ, ਠੀਕ ਹੈ। ਹੁਣ ਫਿਫਥ ਵਰਗ ਆਏਗਾ ਤੱਤਾ ਵਰਗ, ਜਿਸ ਅਸੀਂ ਲਿਖਾਂਗੇ ਸਲੀਪਿੰਗ ਲਾਈਨ ਨਾਲ ਤੱਤਾ ਠੱਥਾ ਦੱਦਾ ਧੱਦਾ ਨੰਨਾ, ਤੱਤਾ ਥੱਥਾ ਖੱਖਾ ਪਹਿਲੇ ਬਣਾ ਕੇ ਉੱਥੋਂ ਦੀ ਬੰਦ, ਖੱਖਾ ਤੱਤਾ ਥੱਥਾ ਦੱਦਾ ਧੱਦਾ, ਸਲੀਪਿੰਗ ਲਾਈਨ ਸਭ 'ਤੇ ਆਈਏ ਆਈ ਨੰਨਾ। ਹੁਣ ਤੱਤਾ ਪਲੱਸ ਦੱਦਾ ਕੀ ਬਣ ਗਿਆ, ਧੱਦਾ। ਇਹ ਵਰਡ ਨਾ ਬਹੁਤ ਲੋਕ ਰੋਂਗ ਪ੍ਰੋਨਾਊਂਸ ਕਰਦੇ ਨੇ, ਇੱਕ ਬੱਬਾ ਵੀ ਜੋ ਨੈਕਸਟ ਲਾਈਨ 'ਚ ਆਏਗਾ ਬੱਬਾ ਬੋਲ ਲੈਂਦੇ ਉਸਨੂੰ, ਉਹ ਬੱਬਾ ਨਹੀਂ ਹੈ, ਤੱਤਾ ਥੱਥਾ ਤੱਤਾ ਤਵਾ ਥੱਥਾ ਥਰਮਸ ਦੱਦਾ ਦਾਦਾ ਦਾਦਾ ਜੀ ਧੱਦਾ ਤਨ ਔਰ
ਨੰਨਾ ਨਲਕਾ। ਹੁਣ ਬੱਚੇ ਬੜੇ ਕਨਫਿਊਜ਼ ਹੋ ਜਾਂਦੇ ਦੱਦੇ ਵਿੱਚ ਔਰ ਟੱਡੇ ਵਿੱਚ, ਅਤੇ ਅਸੀਂ ਉਹਨਾਂ ਨੂੰ ਇੰਝ ਸਿਖਾਉਂਦੇ ਹਾਂ ਕਿ ਉਹਨਾਂ ਨੂੰ ਯਾਦ ਆਵੇ ਦੱਦਾ ਦਾਦਾ ਜੀ ਅਤੇ ਦਾਦਾ ਜੀ ਦਾ ਢਿੱਡ। ਕਈ ਵਾਰੀ ਨਾ ਉਹਨਾਂ ਨੂੰ ਟੱਡਾ ਯਾਦ ਨਹੀਂ ਰਹਿੰਦਾ ਅਤੇ ਕਹਿੰਦੇ ਕਿ ਬੋਲਣਾ ਟੱਡਾ ਲਿਖੋ ਅਤੇ ਉਹਨੂੰ ਡੱਡਾ ਉਹ ਲਿਖਣ ਕਿ ਟੱਡਾ ਲਿਖਣ, ਛੋਟੇ ਛੋਟੇ ਹੁੰਦੇ ਨਾ ਸੈਕਿੰਡ ਫੋਰਥ ਦੇ ਥਰਡ ਦੇ ਬੱਚੇ, ਅਤੇ ਬੋਲਿਆ ਦਾਦਾ ਜੀ ਲਿਖੋ, ਫਿਰ ਫਟਾਫਟ ਦੱਦਾ ਲਿਖ ਦਿੰਦੇ ਨੇ। ਫਿਰ ਜਦੋਂ ਟੱਡਾ ਬੋਲਦੇ ਆ ਤਾਂ ਉਸ ਕਨਫਿਊਜ਼ ਹੁੰਦੇ ਹੁਣ ਕਿ ਲਿਖਿਆ, ਫਿਰ ਕਹਿੰਦੇ ਨਹੀਂ ਦਾਦਾ ਜੀ ਦਾ ਢਿੱਡ ਲਿਖੋ। ਫਿਰ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਅਸੀਂ ਪਹਿਲੇ ਦਾਦਾ ਜੀ ਬਣਾ ਕੇ ਥੱਲੇ ਕੁੰਡੀ ਪਾਉਣੀ ਹੈ ਕਿ ਦਾਦਾ ਜੀ ਦਾ ਢਿੱਡ ਬੋਲੇ ਆਉਂਦੀ ਹੈ। ਤਾਂ ਠੀਕ ਹੈ, ਹੁਣ ਤੱਤਾ ਥੱਥਾ ਦੱਦਾ ਤ ਪਲੱਸ ਦ ਧੱਦਾ ਨੰਨ, ਇਹ ਹੋ ਗਿਆ ਸਾਡਾ ਪੰਜਵਾਂ ਵਰਗ। ਹੋਰ ਵੀ ਇੱਕ ਮੈਂ ਤੁਹਾਨੂੰ ਬਾਅਦ ਵਿੱਚ ਜਦੋਂ ਹੋ ਜਾਏਗਾ ਨਾ ਸਾਰਾ ਤਾਂ ਪੂਰਾ ਲਿਖ ਕੇ ਥੋੜ੍ਹਾ ਦੱਸਾਂਗੀ ਵੀ ਅਸੀਂ ਕਿਸ ਤਰ੍ਹਾਂ ਬੱਚਿਆਂ ਨੂੰ, ਭਾਈ ਬੱਚੇ ਦੇਖ ਕੇ ਅਤੇ ਫਿਰ ਹੱਸਦੇ ਹੱਸਦੇ ਹੀ ਸਿੱਖਦੇ ਨੇ, ਕਦੀ ਮਤਲਬ ਬੋਰਿੰਗ ਨਹੀਂ ਹੁੰਦੀ ਕਲਾਸ ਪੰਜਾਬੀ ਕਲਾਸ। ਮੈਂ ਕਹਿੰਦੇ ਜਿੰਨਾ ਅਸੀਂ ਪੰਜਾਬੀ ਕਲਾਸ ਵਿੱਚ ਹੱਸਦੇ ਹਾਂ ਕਿੱਧਰ ਵੀ ਨਹੀਂ ਹੱਸਦੇ ਹੋਵਾਂਗੇ। ਫਿਰ ਫਿਫਥ ਵਰਗ ਹੈ ਨਾ, ਹੁਣ ਪੱਪਾ ਵਰਗ, ਪੱਪਾ ਟੈਂਕਾ ਬਣਾ ਕੇ ਫੱਫਾ, ਬੱਬਾ ਪੱਬਾ, ਇਹ ਬਹੁਤ ਰੋਂਗ ਬੋਲੇ ਨੇ ਪ੍ਰੋਨਾਂਸੀਏਸ਼ਨ, ਮੰਮਾ ਪੱਪਾ ਫੱਫਾ ਬੱਬਾ ਪੱਬਾ, ਪੱਬਾ ਇਸ ਬੱਬਾ ਨਹੀਂ ਬੋਲਣਾ, ਕਿ ਬੋਲਣਾ ਪ ਤੋਂ ਸ਼ੁਰੂ ਕਰਨਾ ਹੈ, ਪੱਬਾ ਪੱਪਾ ਫੱਫਾ ਬੱਬਾ ਪੱਬਾ ਐ ਮੰਮਾ, ਇਸ 'ਤੇ ਵੀ ਉੱਪਰ ਲਾਈਨ ਨਹੀਂ ਆਈ। ਫਿਰ ਸਰ ਦੇਖੋ ਪੱਪਾ ਉੱਪਰੋਂ ਦੀ ਖੁੱਲ੍ਹਾ, ਠੀਕ ਹੈ, ਫੱਫਾ ਟੈਂਕਾ ਬਣਾ ਕੇ ਕੁੰਡੀ, ਬੱਬਾ ਪੱਬਾ ਮੰਮਾ। ਬੱਚੇ ਮ ਹੋਰ ਸ ਵਿੱਚ ਬਹੁਤ ਡਿਕਟੇਸ਼ਨ ਵਿੱਚ ਮਿਸਟੇਕਸ ਕਰਦੇ ਨੇ, ਅਤੇ ਸਿੰਪਲ ਵੇ ਮਾਂ ਦਾ ਦਿਲ ਖੁੱਲ੍ਹਾ ਹੁੰਦਾ, ਸੱਸ ਦਾ ਦਿਲ ਬੰਦ ਹੁੰਦਾ, ਛੋਟਾ ਹੁੰਦਾ। ਮੈਂ ਵੀ ਸੱਸ ਹਾਂ, ਐਸੀ ਗੱਲ ਨਹੀਂ ਹੈ, ਮਤਲਬ ਇੱਕ ਬੱਚਿਆਂ ਨੂੰ ਖਾਲੀ ਉਹ ਲਿਖਣ ਵਿੱਚ ਮਿਸਟੇਕਸ ਨਾ ਕਰਨ, ਕਿਉਂਕਿ ਮੈਂ ਦੇਖਿਆ ਵੱਡੇ ਵੱਡੇ ਬੱਚੇ ਵੀ ਨਾ ਇਸ ਵਿੱਚ ਬਹੁਤ ਮਿਸਟੇਕਸ ਕਰਦੇ ਨੇ। ਮੰਮਾ ਹੋਰ ਸੱਸਾਂ ਦੇ ਡਿਕਟੇਸ਼ਨ ਵਿੱਚ ਉਹਨਾਂ ਦੀ ਬਹੁਤ ਮਿਸਟੇਕਸ ਹੁੰਦੇ ਨੇ, ਅਤੇ ਅਸੀਂ ਉਹਨਾਂ ਨੂੰ ਬੋਲਦੇ ਹਾਂ ਮਾਂ ਦਾ ਦਿਲ ਖੁੱਲ੍ਹਾ ਹੁੰਦਾ, ਫਿਰ ਬਰਾਬਰ ਬੋਲਦੇ ਨੇ। ਰੀਡਿੰਗ ਕਰਦੇ ਕਿ ਮਾਂ ਦਾ ਦਿਲ ਖੁੱਲ੍ਹਾ ਹੁੰਦਾ ਅਤੇ ਉਹਨਾਂ ਨੂੰ ਯਾਦ ਆਉਂਦਾ ਕਿ ਨਹੀਂ ਮੰਮਾ ਖੁੱਲ੍ਹਾ ਹੋਰ ਸੱਸਾ ਬੰਦ ਹੁੰਦਾ, ਅਤੇ ਇਸ ਚੀਜ਼ ਨੂੰ ਜਾਣਦਾ। ਅੱਛਾ, ਸੈਕਿੰਡ ਥਰਡ ਫੋਰਥ ਫਿਫਥ ਸਿਕਸਥ ਲਾਈਨ। ਫਰਕ ਹੈ ਬਹੁਤ, ਪਾਪਾ ਪਾਪਾ, ਤੁਸੀਂ ਪਾਪਾ ਨੂੰ ਪਾਪਾ ਪਾਪਾ ਨਹੀਂ ਕਹਿ ਸਕਦੇ, ਭਾਈ ਜੀ ਅਲੱਗ ਵਰਡ, ਪੱਬਾ ਭਾਈ ਜੀ, ਪੱਬਾ ਭਰਾ, ਇਹ ਪੱਪਾ ਪਾਪਾ ਹੈ। ਈਜ਼ੀ ਕਰਨੇ ਵਾਸਤੇ ਅਸੀਂ ਇਸ ਤਰ੍ਹਾਂ ਕਰਵਾ ਰਹੇ ਹਾਂ, ਨਹੀਂ ਤਾਂ ਵਰਡਸ ਦੋਨੋਂ ਅਲੱਗ ਨੇ, ਇਹ ਪੱਪਾ ਪਾਪਾ। ਔਰ ਇੱਕ ਵਾਰ ਹੋਰ ਅਸੀਂ ਬੱਚੇ ਨੂੰ ਕਹਿੰਦੇ ਕਿ ਪੱਪਾ ਪਾਪਾ ਹੋਰ ਮੰਮੀ ਕਈ ਲੈਣ ਚੱਲ, ਜਦੋਂ ਨਾ ਉਹਨਾਂ ਨੂੰ ਊੜਾ ਊੜਾ ਜਦੋਂ ਲਿਖਣਾ ਸਿੱਖਦੇ ਨੇ ਅਤੇ ਇਹ ਵੀ ਚੀਜ਼ਾਂ ਛੋਟੀਆਂ ਛੋਟੀਆਂ ਨਾ, ਉਹਨਾਂ ਨੂੰ ਹੱਸੀ ਵੀ ਆਉਂਦੀ ਹੈ ਔਰ ਸਿੱਖ ਵੀ ਜਾਂਦੇ ਨੇ ਜਲਦੀ। ਪੱਪਾ ਫੱਫਾ ਬੱਬਾ ਪੱਬਾ ਮੰਮਾ, ਪੱਬਾ ਇਸ ਨੂੰ ਕਿਆ ਬੋਲਾਂਗੇ, ਪ ਤੋਂ ਸ਼ੁਰੂ ਕਰਨਾ, ਪੱਬਾ ਮੰਮਾ, ਠੀਕ ਹੈ। ਇਹਦੇ 'ਚ ਹੁਣ ਇੱਕ ਇਹ ਵਾਲਾ ਅੱਖਰ 'ਤੇ ਲਾਈਨ ਨਹੀਂ ਆਈ। ਫਿਰ ਹੁਣ ਸੈਵਨਥ ਵਰਗ, ਇਸ ਤੋਂ ਅੰਤਿਮ ਵਰਗ ਕਹਿੰਦੇ ਨੇ ਅੰਤਿਮ, ਯਈਆ ਸਲੀਪਿੰਗ ਲਾਈਨ, ਮੈਂ ਕਰ ਫਿਰ ਸੇ ਬਣਾਉਂਦੀ ਹਾਂ ਸਲੀਪਿੰਗ ਲਾਈਨ, ਅੰਤਿਮ ਵਰਗ ਤੋਂ ਬੋਲਦੇ ਨੇ ਲਾਸਟ, ਪੈਂਤੀ ਅਖਰੀ ਦਾ ਇਹ ਲਾਸਟ ਲਾਈਨ ਹੈ, ਉਸ ਤੋਂ ਬਾਅਦ ਨਵੀਨ ਵਰਗ ਆਇਆ, ਯਈਆ ਰਾਰਾ ਲੱਲਾ ਬਿਗ ਸੀ ਸਮਾਲ ਸੀ ਵੱਵਾ ਅੜਾ ਅੜਾ,
ਯਈਆ ਯੱਕਾ ਸਾਨਾ ਫਾਰਸੀ ਦਾ ਵਰਡ ਹੈ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਯਈਆ ਯਕ ਯਈਆ ਰਾਰਾ ਲੱਲਾ ਵੀ ਬਣਾ ਕੇ ਵਵਾ ਬਿਗ ਸੀ ਸਮਾਲ ਸੀ ਅਡਾੜਾ ਥਰੀ ਬਣਾ ਕੇ ਠੀਕ ਹੈ ਯਈਆ ਰਾਰਾ ਲੱਲਾ ਵਵਾ ਅੜਾੜਾ ਅੜਾੜਾ ਮਤਲਬ ਸੜਕ ਹੀ ਜਾਂਦਾ ਇਹ ਵਰਡ ਸੜਕ ਅੜਾੜਾ ਸੜਕ ਠੀਕ ਹੈ ਅੰਤਿਮ ਵਰਗ ਹੋ ਗਿਆ ਹੁਣ ਅੱਠਵਾਂ ਵਰਗ ਇੱਕ ਆਇਆ ਨਵੀਨ ਵਰਗ ਲਾਸਟ ਵਰਗ ਹੈ ਨਵੀਨ ਵਰਗ ਇਹ ਹੁਣ ਐਂਡ 'ਚ ਹੁਣ ਪੰਜ ਵਰਡਸ ਤੋਂ ਪਹਿਲੇ ਆਏ ਨੇ ਦੂਸਰੀ ਭਾਸ਼ਾ ਵਰਗ ਜਿਹੜੇ ਪਹਿਲੇ ਪੰਜ ਮੈਂ ਲਿਖਣ ਦੀਆਂ ਸੱਸੇ ਪੈਰੀ ਬਿੰਦੀ ਸ਼ ਬੋਲੇ ਇਹ ਪਹਿਲੇ ਸ ਵੇ ਅਤੇ ਹੁਣ ਇਹ ਬਣ ਜਾਏਗਾ ਸ਼ ਸ ਔਰ ਹਿੰਦੀ ਦਾ ਕੀ ਬਣ ਗਿਆ ਸ਼ ਸੱਸੇ ਪੈਰੀ ਬਿੰਦੀ ਸ਼ ਬੋਲੇ ਖੱਖੇ ਪੈਰੀ ਬਿੰਦੀ ਖ ਬੋਲੇ ਬਾਕੀ ਤਾਂ ਪ੍ਰੋਨਾਂਸੀਏਸ਼ਨ ਸੇਮ ਹੈ ਗੱਗੇ ਪੈਰੀ ਬਿੰਦੀ ਗ ਬੋਲੇ ਉਹ ਇੱਥੇ ਥੋੜ੍ਹਾ ਫਰਕ ਹੈ ਜੱਜੇ ਪੈਰੀ ਬਿੰਦੀ ਜ ਬੋਲੇ ਫੱਫੇ ਪੈਰੀ ਬਿੰਦੀ ਫ ਬੋਲੇ ਲੱਲੇ ਪੈਰੀ ਬਿੰਦੀ ਲ ਲਾਸਟ 'ਚ ਫਲ ਆਉਂਦਾ ਹੈ ਫੱਫਾ ਲੱਲਾ ਫਲ ਲੱਲੇ ਪੈਰੀ ਬਿੰਦੀ ਲ ਬੋਲੇ ਸੱਸੇ ਪੈਰੀ ਬਿੰਦੀ ਸ਼ ਬੋਲੇ ਖੱਖੇ ਪੈਰੀ ਬਿੰਦੀ ਖ ਬੋਲੇ ਗੱਗੇ ਪੈਰੀ ਬਿੰਦੀ ਗ ਬੋਲੇ ਜੱਜੇ ਪੈਰੀ ਬਿੰਦੀ ਜ ਬੋਲੇ ਫੱਫੇ ਪੈਰੀ ਬਿੰਦੀ ਖ ਬੋਲੇ ਇਹ ਜੋ ਵਰਡਸ ਨੇ ਪਹਿਲੇ ਪੰਜ ਇਹ ਅੰਨ ਭਾਸ਼ਾ ਤੋਂ ਆਏ ਨੇ ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਨਾ ਕਿ ਯਕ ਨਹੀਂ ਬਲਵੰਡ ਖੀਵੀ ਨੇ ਜੰਨ ਜਿਸ ਬਹੁਤੀ ਇੱਛਾ ਪਤਾ ਨਹੀਂ ਉੱਥੇ ਜੰਨ ਬੋਲਣਾ ਜੰਨ ਨਹੀਂ ਬੋਲਣਾ ਉੱਥੇ ਜੰਨ ਦਾ ਅਰਥ ਹੈ ਇਸਤਰੀ ਇਹ ਅੰਨ ਭਾਸ਼ਾ ਤੋਂ ਆਏ ਨੇ ਅਤੇ ਇਹ ਸ਼ ਖ ਗ ਜ ਫ ਅਤੇ ਇਹ ਲੱਲਾ ਹੁਣ ਨਵਾਂ ਵਰਡ ਆਇਆ ਹੈ ਲੱਲੇ ਪੈਰੀ ਬਿੰਦੀ ਇਹ ਪਟਿਆਲਾ ਯੂਨੀਵਰਸਿਟੀ ਤੋਂ ਹੁਣ ਬਾਅਦ 'ਚ ਇਹ ਹੋਣ ਦੀ ਚਾਹਿਆ ਪਹਿਲੇ ਨਹੀਂ ਸੀ ਅਤੇ ਇਹ ਹੋ ਗਏ ਸਾਡੇ ਪੂਰੇ ਲੱਲਾ ਕਹਿੰਦੇ ਜੋ ਜੀਭ ਨੂੰ ਤਾਲੂ ਨਾਲ ਲੱਗ ਫਲ ਇਸਦੀ ਆਵਾਜ਼ ਕਹਿੰਦੇ ਜਦੋਂ ਇਹ ਬੋਲਾਂਗੇ ਨਾ ਪੈਰੀ ਅੱਖਰ ਅਤੇ ਜੋ ਜੀਭ ਹੈ ਨਾ ਉਹ ਤਾਲੂ ਨਾਲ ਲੱਗਦੀ ਹੈ ਕਹਿੰਦੇ ਫਲ ਫਲ ਠੀਕ ਹੋ ਗਿਆ ਹੁਣ ਇਹ ਸਾਡੇ ਨਵੀਂ ਵਾਰ ਹੋ ਗਏ ਹੁਣ ਅਸਾਂ ਨੇ ਸਾਰਿਆਂ ਦਾ ਇਹ ਕੀਤਾ ਸੀ ਹੁਣ ਅਸੀਂ ਜੰਬਲਡ ਵਰਡਸ ਜੋ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਸਮਝ ਆਵੇ ਕਿ ਅਸੀਂ ਕਿਹੜੇ ਕਿਹੜੇ ਵਰਡਸ ਕੀ ਕੀਤੇ ਅਤੇ ਅਸੀਂ ਇੱਕ ਜਿਹੜੇ ਵਰਡਸ ਨੇ ਸੇਮ ਸੇਮ ਉਹ ਲਿਖ ਲੈਂਦੇ ਹਾਂ ਹੁਣ ਜਿਸ ਤਰ੍ਹਾਂ ਸਮਝੋ ਇਹ ਕੀ ਹੋ ਗਿਆ ਪੱਪਾ ਅਤੇ ਇਹ ਪੱਪਾ ਹੈ ਧੱਦਾ ਅਤੇ ਪਾਪਾ ਪਾਪਾ ਕੀ ਕਰਦੇ ਧੰਨ ਕਮਾ ਕੇ ਲਿਆਉਂਦੇ ਠੀਕ ਹੈ ਅਤੇ ਪਾਪਾ ਧੰਨ ਕਮਾ ਕੇ ਲਿਆਉਂਦੇ ਹੁਣ ਯਾਦ ਰਹੇਗਾ ਸਭ ਨੂੰ ਪੱਪਾ ਔਰ ਧੱਦਾ ਧੰਨ ਅੱਛਾ ਫਿਰ ਆ ਜਾਏਗਾ ਸਾਡਾ ਤੱਤਾ ਪੱਬਾ ਡੱਡਾ ਅਤੇ ਹੁਣ ਅਸੀਂ ਬੱਚਿਆਂ ਨੂੰ ਜਦੋਂ ਡਿਕਟੇਸ਼ਨ ਦਿੰਦੇ ਨਾ ਜੰਬਲ ਵਰਡਸ ਦਾ ਜੇ ਡੋਜਿੰਗ ਟੈਸਟ ਲੈਂਦੇ ਹਾਂ ਤਾਂ ਉਹ ਸਾਰਾ ਕਨਫਿਊਜ਼ ਹੁੰਦੇ ਨੇ ਫਿਰ ਉਹਨਾਂ ਨੂੰ ਯਾਦ ਕਰਾਉਂਦਾ ਕਿ ਜਦੋਂ ਪਲੇਨ ਲਿਖਣਾ ਤਾਂ ਤੱਤਾ ਤੇਰਾ ਤੇਰਾ ਤ ਪੱਬਾ ਭਰਾ ਮੈਂ ਹਿੰਦੀ 'ਚ ਲਿਖ ਦਿੱਤਾ ਤੱਤਾ ਪੱਬਾ ਭਰਾ ਡੱਡਾ ਡੱਡੂ ਵੈਸੇ ਡੱਡੂ ਨਹੀਂ ਹੁੰਦਾ ਅਸੀਂ ਉਹ ਹੱਸਦੇ ਨੇ ਉਹ ਡੱਡੂ ਮੀਨਸ ਫਰੋਗ ਅਤੇ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਕਿ ਹੁਣ ਤੱਤਾ ਪੱਬਾ ਹੋ ਡੱਡਾ ਵਿੱਚ ਤੁਹਾਡੀ ਮਿਸਟੇਕ ਨਹੀਂ ਹੋਣੀ ਚਾਹੀਦੀ ਅਤੇ ਫਿਰ ਅਸੀਂ ਕੁਛ ਡੋਜਿੰਗ ਬੋਲਿਆ ਨਾ ਤਾਂ ਫਿਰ ਸੋਚਦੇ ਨੇ ਤੇਰਾ ਭਰਾ ਡੱਡੂ ਤਾਂ ਤੇਰਾ ਤੱਤਾ ਬੋਲੇਗੀ ਆਂਟੀ ਤਾਂ ਪਲੇਨ ਲਿਖਣਾ ਪੱਬਾ ਭਰਾ ਅਤੇ ਵਿਚਕਾਰ ਕੁੰਡੀ ਪਾਣੀ ਹੈ ਜਿੱਦਾਂ ਡੱਡੂ ਡੱਡਾ ਬੋਲਾਂਗੀ ਡੱਡਾ ਡੱਡੂ ਅਤੇ ਥੱਲੇ ਕੁੰਡੀ ਪਾਣੀ ਹੈ ਇਹ ਤਿੰਨ ਸੇਮ ਨੇ ਇਸਦੇ ਨਾਲ ਇੱਕ ਹੋਰ ਵੀ ਆਉਂਦਾ ਅੜਾੜਾ ਥਰੀ ਪਾ ਕੇ ਸੜਕ ਵੱਲ ਅੜਾੜਾ ਵੀ ਲੱਗਦਾ ਇਹ ਸਾਰੇ ਸੇਮ ਹੋ ਜਾਂਦੇ ਨੇ ਹਾਂ ਇਹ ਦੇਖੋ ਇਹ ਵੇ ਖੱਖਾ ਇਹਦਾ ਵੀ ਅਤੇ ਖੱਖੇ ਨੂੰ ਮੂੰਹ ਬੰਦ ਕਰ ਦਿਉ ਖੱਖਾ ਖੁੱਲ੍ਹਾ ਥੈਲਾ ਬੰਦ ਥੈਲੇ 'ਚ ਸਮਾਨ ਲੈ ਕੇ ਆਉਂਦਾ ਅਤੇ ਬੰਦ ਕਰਕੇ ਲਿਆਉਂਦੇ ਹਾਂ ਖੱਖਾ ਖੁੱਲ੍ਹਾ ਥੈਲਾ ਬੰਦ ਇਸ ਤਰ੍ਹਾਂ ਹੋ ਗਿਆ ਹੋਰ ਵੀ ਕੁਛ ਵਰਡਸ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਹੁਣ ਲੈ ਸਕਦੇ ਹਾਂ
ਜਿਸ ਤਰ੍ਹਾਂ ਟੈਂਕਾ, ਫਿਰ ਠੱਠਾ, ਫਿਰ ਈੜੀ, ਫਿਰ ਉਣਾਣਾ, ਇਹ ਸੇਮ ਹੋ ਜਾਂਦੇ ਨੇ। ਟੈਂਕਾ, ਠੱਠਾ ਲਿਖਣ ਵਿੱਚ ਸੇਮ ਆਉਂਦੇ ਨੇ, ਈੜੀ, ਉਣਾਣਾ, ਫਿਰ ਵਵਾ, ਮੀਆਂ, ਵਵਾ ਪਾ ਕੇ ਕੱਟ ਕਰਨਾ। ਇਹ ਵੀ ਬੱਚੇ ਬਹੁਤ ਰੋਂਗ ਬੋਲੇ ਨੇ, ਅਸੀਂ ਉਹਨਾਂ ਨੂੰ ਸਿੰਪਲ ਵੇ ਦਾ ਪਤਾ ਕੀ ਸਕਦਾ, ਨਿੰਜਾ ਟਰਟਲਸ ਇੱਕ ਆਉਂਦਾ ਨਾ ਬੱਚਿਆਂ ਦਾ ਕਾਰਟੂਨ, ਨਿੰਜਾ ਅਤੇ ਨਿਆਂ ਨਿਆਂ ਨਿੰਜਾ ਟਰਟਲਸ, ਉਹ ਫਿਰ ਉਹਨਾਂ ਨੂੰ ਯਾਦ ਆਉਂਦਾ ਕਿ ਹਾਂ ਉਹ ਕਾਰਟੂਨ ਵਾਲਾ ਬੋਲਦੇ ਪਏ, ਨਿਆਂ ਇਹ ਲਿਖਣਾ ਨਿੰਜਾ ਟਰਟਲਸ। ਬਾਕੀ ਫਿਰ ਉਹ ਸੇਮ ਨੇ, ਬੱਬਾ ਬੱਬਾ ਨਿੰਜਾ, ਫਿਰ ਐੜਾ, ਫਿਰ ਧੱਗਾ, ਜਿਹਨਾਂ ਦੇ ਉੱਪਰ ਲੈਣ ਨਹੀਂ ਆ, ਇਹ ਸੇਮ ਸੇਮ ਬਸ। ਇਹ ਜੋ ਵਰਡਸ ਦੇ ਇੱਕ ਹਾਹਾ ਓਪਨ ਜਾਂ ਮਾਊਥ, ਹਾ 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 ਖੁੱਲ੍ਹਾ ਰੱਖਣਾ ਮੂੰਹ, ਇਹਨੂੰ ਬੰਦ ਕਰਨਾ ਰਾਰਾ, ਹਾ ਹਾ ਔਰ ਰਾਰਾ। ਬਾਕੀ ਫਿਰ ਗੱਗਾ ਵੀ ਨਾਲ ਸੇਮ ਹੀ ਆ ਜਾਏਗਾ, ਜਿਹੜੇ ਸੇਮ ਸੇਮ ਵਰਡਸ ਨੇ। ਫਿਰ ਮੰਮਾ, ਮਾਂ ਦਾ ਦਿਲ ਖੁੱਲ੍ਹਾ ਹੁੰਦਾ, ਸੱਸ ਦਾ ਦਿਲ ਛੋਟਾ ਹੁੰਦਾ, ਫਿਰ ਸ਼ਸ਼ਾ, ਇਹ ਵੀ ਸੇਮ ਆ ਜਾਂਦਾ। ਹੋ ਗਿਆ, ਕਿੰਨੇ ਵਰਗ ਆਉਂਦੇ ਨੇ? ਪੂਰੇ 8 ਵਰਗ ਆਉਂਦੇ ਨੇ, ਮੁੱਖ ਵਰਗ, ਫਿਰ ਥੋੜ੍ਹਾ ਸੀ ਪੋਇਟਰੀ ਦੇ ਵੇ ਨਾਲ ਬੱਚਿਆਂ ਨੂੰ ਕਰਾਉਂਦੇ ਹਾਂ ਕਿ ਊੜਾ, ਐੜਾ, ਈੜੀ, ਸੱਸਾ, ਹਾ ਹਾ, ਕੱਕਾ, ਖੱਖਾ, ਗੱਗਾ, ਕਗਾ, ਚਚਾ, ਛੱਛਾ, ਜੱਜਾ, ਚਜਾ, ਨੀਆ, ਟੈਂਕਾ, ਠੱਠਾ, ਡੱਡਾ, ਟਡਾਣਾ, ਤੱਤਾ, ਥੱਥਾ, ਦੱਦਾ, ਤੱਦਾ, ਨੰਨਾ, ਪੱਪਾ, ਫੱਫਾ, ਬੱਬਾ, ਪੱਬਾ, ਮੰਮਾ, ਯਈਆ, ਰਾਰਾ, ਲੱਲਾ, ਵੱਵਾ, ਡਾੜਾ, ਫਿਰ ਊੜਾ, ਐੜਾ, ਈੜੀ। 5 ਟਾਈਮਸ ਇੰਝ ਬੱਚਿਆਂ ਨੂੰ ਬੁਲਵਾਉਂਦੇ ਹਾਂ ਕਿ ਬੱਚੇ ਪੋਇਟਰੀ ਵੇ ਵਿੱਚ ਬੋਲਦੇ ਬੋਲਦੇ, ਫਿਰ ਇੱਕ ਵਾਰ ਇਹ 41 ਵਰਡਸ ਆ ਗਏ ਤਾਂ ਸਮਝੋ ਤੁਹਾਨੂੰ ਗੁਰਮੁਖੀ ਤਕਰੀਬਨ ਤਕਰੀਬਨ ਗੁਰਮੁਖੀ ਆ ਗਈ। ਮੇਨ ਇਹ ਹੀ ਨੇ, ਜੇ ਸਾਨੂੰ ਇਹ ਯਾਦ ਹੋ ਗਏ ਤਾਂ ਫਿਰ ਅੱਗੇ ਤਾਂ ਬਹੁਤ ਈਜ਼ੀ ਹੈ, ਬਿਲਕੁਲ ਵੀ ਟਫ। ਪਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।